ਇਟਸ ਯੂਅਰ ਬੋਲੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਕਿ ਜ਼ਿੰਦਗੀ 'ਚ ਲੱਗੀ ਕਿਸ ਠੋਕਰ ਨੇ ਸਿੱਧੂ ਮੂਸੇਵਾਲੇ ਨੂੰ ਸਟਾਰ ਬਣਾਤਾ। ਸੋ ਦੋਸਤੋ, ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਵੀ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੂਗੀ, ਤੁਸੀਂ ਵੀ ਆਪਣੀ ਲਾਈਫ ਵਿੱਚ ਜੋ ਵੀ ਗੋਲ ਚਾਹੁੰਦੇ ਆ ਉਹ ਅਚੀਵ ਕਰ ਸਕੋਗੇ। ਸੋ ਦੋਸਤੋ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਫਰਮਾਇਸ਼ ਜ਼ਰੂਰ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਦੋਸਤੋ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ। ਸੋ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਜੀ ਦੀ ਲਾਈਫ ਦੀ ਉਹ ਠੋਕਰ ਜਿਸ ਨੇ ਉਹਨਾਂ ਨੂੰ ਸਟਾਰ ਬਣਾ ਦਿੱਤਾ। ਦੋਸਤੋ, ਗੱਲ ਆ 2015 ਦੀ, ਜਦੋਂ ਸਿੱਧੂ ਮੂਸੇਵਾਲਾ ਜੀ GNE ਕਾਲਜ ਲੁਧਿਆਣੇ ਪੜ੍ਹਦੇ ਸਨ। ਉਹਨਾਂ ਨੂੰ ਬਚਪਨ ਤੋਂ ਹੀ ਸਿੰਗਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀ, ਪਰ ਉਸ ਸਮੇਂ ਉਹਨਾਂ ਨੂੰ ਲਿਖਣਾ ਨਹੀਂ ਆਉਂਦਾ ਸੀ, ਉਹਨਾਂ ਨੂੰ ਗੀਤ ਲਿਖਣੇ ਨਹੀਂ ਆਉਂਦੇ ਸੀ। ਸੋ ਉਹ ਆਪਣੀ ਲਾਈਫ ਦਾ ਪਹਿਲਾ ਗੀਤ ਜਿਹੜਾ ਉਹ ਰਿਕਾਰਡ ਕਰਵਾਉਣਾ ਚਾਹੁੰਦੇ ਸੀ, ਪਰ ਉਹਨਾਂ ਕੋਲ ਉਸ ਸਮੇਂ ਕੋਈ ਵੀ ਗੀਤ ਨਹੀਂ ਸੀ। ਇਸ ਕਰਕੇ ਉਹਨਾਂ ਨੇ ਬਹੁਤ ਸਾਰੇ ਰਾਈਟਰਸ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੈਸੇ ਵੀ ਲੋਕ ਬਹੁਤ ਜ਼ਿਆਦਾ ਮੰਗਦੇ ਸਨ। ਫਿਰ ਅਚਾਨਕ ਉਹਨਾਂ ਦਾ ਫੋਨ ਕਿਸੇ ਰਾਈਟਰ ਨੇ ਚੱਕ ਲਿਆ ਜੋ ਕਿ ਉਸ ਸਮੇਂ ਬਹੁਤ ਜ਼ਿਆਦਾ ਪ੍ਰਸਿੱਧ ਰਾਈਟਰ ਸੀ। ਸੋ ਉਸ ਨੇ ਵੀ ਬਾਈ ਨੂੰ ਮਿਲਣ ਲਈ ਬਹੁਤ ਸਾਰੇ ਲਾਰੇ ਲਾਏ, ਉਹਨਾਂ ਨੇ ਕਦੇ ਕਿਹਾ ਇੱਥੇ ਆ ਕੇ ਮਿਲ, ਉੱਥੇ ਆ ਕੇ ਮਿਲ, ਪਰ ਉਹ ਮਿਲੇ ਨਹੀਂ। ਪਰ ਇੱਕ ਦਿਨ ਉਸ ਬੰਦੇ ਨੇ ਕਹਿਤਾ ਕਿ ਬਾਈ ਮੇਰੇ ਪਿੰਡ ਆ ਜਾ ਤੂੰ ਅਤੇ ਤੈਨੂੰ ਮੈਂ ਗਾਣਾ ਦੇ ਦੂੰਗਾ। ਫਿਰ ਬਾਈ ਸਿੱਧੂ ਮੂਸੇਵਾਲਾ ਜੀ ਕੋਈ ਦੇਰੀ ਨਾ ਕਰਦੇ ਹੋਏ ਉਸਦੇ ਪਿੰਡ ਵੱਲ ਨੂੰ ਚੱਲ ਪਏ। ਬਾਈ ਜੀ ਬਹੁਤ ਜ਼ਿਆਦਾ ਖੁਸ਼ ਸੀ ਕਿ ਅੱਜ ਉਹਨਾਂ ਨੂੰ ਗੀਤ ਮਿਲ ਜੂਗਾ ਅਤੇ ਉਹ ਸਟਾਰ ਬਣ ਜਾਣਗੇ। ਸੋ ਦੋਸਤੋ, ਜਦੋਂ ਉਹ ਰਸਤੇ ਵਿੱਚ ਜਾ ਰਹੇ ਸਨ ਅਤੇ ਕਾਫ਼ੀ ਜ਼ਿਆਦਾ ਮੀਂਹ ਵੀ ਆ ਰਿਹਾ ਸੀ, ਜਦੋਂ ਉਹਨਾਂ ਦੇ ਉਹ ਪਿੰਡ ਪਹੁੰਚੇ ਤਾਂ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ। ਬਾਈ ਜੀ ਕੋਲ ਕੋਈ ਵੀ ਛਤਰੀ ਨਹੀਂ ਸੀ ਉੱਪਰ ਲੈਣ ਨੂੰ, ਉਹ ਬਿਲਕੁਲ ਇਕੱਲੇ ਸੀ। ਅਤੇ ਜਦੋਂ ਉਹਨਾਂ ਨੇ ਉਹਨਾਂ ਦੇ ਪਿੰਡ ਦੇ ਅੱਡੇ 'ਤੇ ਜਾ ਕੇ ਫੋਨ ਕੀਤਾ ਕਿ ਬਾਈ ਜੀ ਮੈਂ ਤੁਹਾਡੇ ਪਿੰਡ ਪਹੁੰਚ ਚੁੱਕਿਆਂ ਅਤੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਤੁਸੀਂ ਮੈਨੂੰ ਪਲੀਜ਼ ਆ ਕੇ ਲੈ ਜਾਓ ਜਾਂ ਮੈਨੂੰ ਤੁਸੀਂ ਆਪਣਾ ਘਰ ਦੱਸ ਦਿਓ, ਤਾਂ ਉਸ ਬੰਦੇ ਨੇ ਅੱਗੋਂ ਜਵਾਬ ਦਿੱਤਾ ਕਿ ਬਾਈ ਜੀ ਮੈਂ ਤੈਨੂੰ ਅੱਜ ਨਹੀਂ ਮਿਲ ਸਕਦਾ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ, ਤੂੰ ਅੱਜ ਇੱਥੋਂ ਮੁੜ ਜਾ, ਆਪਾਂ ਫਿਰ ਕਿਸੇ ਦਿਨ ਮਿਲਦੇ ਹਾਂ। ਅਤੇ ਦੋਸਤੋ, ਇਸ 'ਤੇ ਬਾਈ ਸਿੱਧੂ ਮੂਸੇਵਾਲਾ ਜੀ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਕਿਉਂਕਿ ਉਹ ਕਾਫ਼ੀ ਜ਼ਿਆਦਾ ਔਖਾ ਹੋ ਕੇ ਕਾਫ਼ੀ ਤੰਗੀ ਦੇ ਨਾਲ ਉਹਨਾਂ ਦੇ ਪਿੰਡ ਤੱਕ ਪਹੁੰਚਿਆ ਸੀ। ਪਰ ਜਦੋਂ ਉਸ ਬੰਦੇ ਨੇ ਬਾਈ ਸਿੱਧੂ ਮੂਸੇਵਾਲੇ ਜੀ ਨੂੰ ਇਹ ਜਵਾਬ ਦਿੱਤਾ ਤਾਂ ਬਾਈ ਜੀ ਦਾ ਦਿਲ ਪੂਰੀ ਤਰ੍ਹਾਂ ਟੁੱਟ ਗਿਆ, ਉਹਨਾਂ ਦੀਆਂ ਅੱਖਾਂ ਵਿੱਚੋਂ ਆਂਸੂ ਆ ਗਏ, ਉਹਨਾਂ ਨੂੰ ਰੋਣਾ ਆ ਗਿਆ ਕਿ ਯਾਰ ਮੈਂ ਕਿੰਨਾ ਮਾਣ ਕਰਕੇ ਕਿੰਨੇ ਸਤਿਕਾਰ ਨਾਲ ਉਸ ਬੰਦੇ ਤੱਕ ਪਹੁੰਚਿਆ ਸੀ, ਮੈਂ ਉਸਦਾ ਫੈਨ ਸੀ, ਮੈਂ ਉਸ ਤੋਂ ਗਾਣਾ ਲੈਣਾ ਚਾਹੁੰਦਾ ਸੀ। ਇਸ 'ਤੇ ਹੀ ਫਿਰ ਬਾਈ ਸਿੱਧੂ ਮੂਸੇਵਾਲੇ ਨੇ ਨਿਸ਼ਚੈ ਕੀਤਾ ਕਿ ਸਿੱਧੂ ਸਾਹਿਬ, ਅੱਜ ਤੋਂ ਬਾਅਦ ਆਪਾਂ ਕਿਸੇ ਦਾ ਲਿਖਿਆ ਹੋਇਆ ਗੀਤ ਨਹੀਂ ਗਾਉਣਾ, ਚਾਹੇ ਆਪਾਂ ਫਲੋਪ ਹੋ ਜਾਈਏ, ਚਾਹੇ ਆਪਾਂ ਸਟਾਰ ਬਣ ਜਾਈਏ, ਆਪਾਂ ਆਪਣੇ ਆਪਦੇ ਗੀਤ ਲਿਖੇ ਹੀ ਗਾਵਾਂਗੇ। ਅਤੇ ਦੋਸਤੋ, ਫਿਰ ਉਹਨਾਂ ਨੇ ਆਪਣੇ ਹੋਸਟਲ ਪਹੁੰਚ ਕੇ ਉਹਨਾਂ ਨੇ ਇਹੀ ਪ੍ਰਣ ਕੀਤਾ ਕਿ ਅੱਜ ਤੋਂ ਬਾਅਦ ਕਿਸੇ ਦਾ ਕੋਈ ਗੀਤ ਨਹੀਂ ਲੈਣਾ, ਕੁਛ ਨਹੀਂ ਕਰਨਾ, ਅਤੇ ਆਪਾਂ ਆਪ ਗੀਤ ਲਿਖਾਂਗੇ ਅਤੇ ਆਪ ਹੀ ਗਾਵਾਂਗੇ। ਫਿਰ ਬਾਈ ਨੇ ਲਗਾਤਾਰ ਗੀਤ ਲਿਖਣੇ ਸ਼ੁਰੂ ਕੀਤੇ, ਦਿਨ ਰਾਤ ਉਹ ਗੀਤ ਲਿਖਦੇ ਰਹੇ। ਅਤੇ ਦੋਸਤੋ, ਇਸ 'ਤੇ ਮੈਨੂੰ ਬਾਬਾ ਨਜ਼ਮੀ ਜੀ ਦੀਆਂ ਦੋ ਲਾਈਨਾਂ ਯਾਦ ਆ ਕਿ ਕਹਿੰਦੇ ਆ ਕਿ ਬੇਹਿੰਮਤੇ ਨੇ ਉਹ ਲੋਕ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਨਾਲ, ਅਤੇ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ, ਅਤੇ ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ੇ ਆਪਣੇ ਸਫ਼ਰਾਂ ਦੇ। ਸੋ ਬਾਈ ਨੇ 2015 ਵਿੱਚ ਫਿਰ ਲਗਾਤਾਰ ਗੀਤ ਲਿਖਣੇ ਸ਼ੁਰੂ ਕੀਤੇ, ਦਿਨ ਰਾਤ ਉਹ ਗੀਤ ਲਿਖਦੇ ਰਹੇ। ਪਹਿਲਾਂ ਵਧੀਆ ਗਾਣੇ ਲਿਖੇ ਜਾਂ ਘੱਟ ਵਧੀਆ ਲਿਖੇ ਗਏ, ਪਰ ਬਾਈ ਨੇ ਹਿੰਮਤ ਨਹੀਂ ਹਾਰੀ। ਸੋ ਫਿਰ ਬਾਈ ਦਾ ਉਹ ਵੀ ਟਰਨਿੰਗ ਪੁਆਇੰਟ ਆਇਆ ਜਦੋਂ 2016 ਵਿੱਚ ਬਾਈ ਸਿੱਧੂ ਮੂਸੇਵਾਲੇ ਦਾ ਲਿਖਿਆ ਹੋਇਆ ਗੀਤ, ਜਿਹਨੇ ਦੇੜਨੀਆਂ ਹਿੱਕਾਂ ਉਹ ਲਾਇਸੈਂਸ ਨਹੀਂ ਲੈਂਦੇ,
ਨਿੰਜੇ ਨੇ ਗਾਇਆ ਤੇ ਉਹ ਗਾਣਾ ਸੁਪਰ ਹਿੱਟ ਹੋਇਆ। ਫਿਰ ਬਾਈ ਦੇ ਇੰਡਸਟਰੀ ਵਿੱਚ ਪੈਰ ਜੰਮਣ ਲੱਗੇ। ਫਿਰ ਉਹਨਾਂ ਦਾ ਲਿਖਿਆ ਗੀਤ ਐਲੀ ਮਾਂਗਟ ਨੇ ਗਾਇਆ, ਫਿਰ ਦੀਪ ਜੰਡੂ ਨੇ ਗਾਇਆ ਤੇ ਬਾਈ ਦਾ ਨਾਮ ਬਣ ਲੱਗਿਆ। ਫਿਰ ਬਾਈ ਜੀ ਕੈਨੇਡਾ ਚਲੇ ਗਏ। ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪ ਇੱਕ ਗੀਤ ਰਿਲੀਜ਼ ਕੀਤਾ, ਉਹਨਾਂ ਦੇ ਸੁਪਨੇ ਪੂਰੇ ਹੋਣ ਲੱਗ ਪਏ। ਗਾਣੇ ਦਾ ਨਾਂ ਸੀ ਉਹ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਤੋਂ ਬਿਲੋਂਗ ਕਰਦਾ। ਸੋ ਦੋਸਤੋ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਬੰਦਾ ਲਾਈਫ ਦੇ ਵਿੱਚ ਮਿਹਨਤ ਕਰਦਾ ਉਹਨੂੰ ਰੱਬ ਜ਼ਰੂਰ ਹੀ ਤਰੱਕੀ ਦਿੰਦਾ। ਸੋ ਦੋਸਤੋ ਅੱਜ ਬਾਈ ਸਿੱਧੂ ਮੂਸੇ ਵਾਲੇ ਨੂੰ ਬੱਚਾ ਬੱਚਾ ਜਾਣਦਾ, ਉਹਨਾਂ ਦੀ ਕਾਮਯਾਬੀ ਤੋਂ ਸਾਰੇ ਲੋਕ ਭਲੀ ਭਾਂਤੀ ਜਾਣੂ ਆ। ਸੋ ਦੋਸਤੋ ਮੈਂ ਤੁਹਾਨੂੰ ਸਭ ਨੂੰ ਇਹੀ ਫਰਮਾਇਸ਼ ਕਰੂੰਗਾ ਕਿ ਲਾਈਫ ਦੇ ਵਿੱਚ ਤੁਹਾਡਾ ਕੋਈ ਵੀ ਗੋਲ ਹੋਵੇ ਤਾਂ ਕਦੇ ਵੀ ਹਾਰ ਨਹੀਂ ਮੰਨਣੀ, ਹਮੇਸ਼ਾ ਮਿਹਨਤ ਕਰਦੇ ਰਹੋ। ਜੇ ਤੁਹਾਨੂੰ ਲਾਈਫ ਦੇ ਵਿੱਚ ਕੋਈ ਠੋਕਰ ਲੱਗਦੀ ਆ ਤਾਂ ਉਹਨੂੰ ਹਮੇਸ਼ਾ ਪੋਜ਼ਿਟਿਵ ਵੇ ਵਿੱਚ ਲਿਆ ਕਰੋ ਕਿ ਰੱਬ ਨੇ ਇਹ ਠੋਕਰ ਮਾਰ ਕੇ ਸਾਨੂੰ ਜਗਾਇਆ, ਸਾਨੂੰ ਆਪਣੇ ਗੋਲ ਵੱਲ ਵਧਣ ਦੀ ਸ਼ਕਤੀ ਬਖਸ਼ੀ ਆ। ਅਤੇ ਅੰਤ ਦੋਸਤੋ ਆਪਾਂ ਇਸ ਸਟੋਰੀ ਦਾ ਬਾਈ ਸਿੱਧੂ ਮੂਸੇ ਵਾਲੇ ਦੀਆਂ ਲਿਖੀਆਂ ਹੋਈਆਂ ਕੁਝ ਲਾਈਨਾਂ ਨਾਲ ਕਰਾਂਗੇ। ਉਂਝ ਇਹ ਲੋਕ ਨਾ ਕਿਸੇ ਦੇ ਮਿੱਤ ਨਹੀਂ, ਹੋਣਾ ਚਾਹੀਦਾ ਹੈ ਖੂਨ ਵਿੱਚ ਜਜ਼ਬਾ, ਕੋਈ ਚੀਜ਼ ਨਹੀਂ ਉਹ ਔਖੀ ਇੱਥੇ ਜਿੱਤਣੀ, ਸੱਚੇ ਦਿਲੋਂ ਸਭ ਦੀ ਸਪੋਰਟ ਕਰੀਏ, ਨਾ ਕਦੇ ਗਲਤ ਵਿਅੰਤਾਂ ਬੁਣੀਆਂ, ਕਰੀ ਦੀ ਨਿਕੇਰ ਪੂਰੀ, ਬਾਬੇ ਦੀ ਅਮੇਰ, ਜੱਟ ਜੁੱਤੀ ਥੱਲੇ ਰੱਖੇ ਦੁਨੀਆਂ। ਸੋ ਦੋਸਤੋ ਲੋਕਾਂ ਦੀ ਪਰਵਾਹ ਛੱਡ ਦਿਓ, ਹਮੇਸ਼ਾ ਆਪਣੇ ਕੰਮ 'ਤੇ ਫੋਕਸ ਕਰੋ ਅਤੇ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਵੀ ਬਾਈ ਸਿੱਧੂ ਮੂਸੇ ਵਾਲੇ ਵੱਲੋਂ ਸੁਪਰ ਸਟਾਰ ਬਣ ਸਕਦੇ ਹਾਂ। ਤੁਹਾਡਾ ਗੋਲ ਕੋਈ ਵੀ ਹੋਵੇ, ਜੇ ਤੁਸੀਂ ਸਿੰਗਰ ਬਣਨਾ ਚਾਹੁੰਦੇ ਤਾਂ ਸਿੰਗਰ ਬਣ ਜਾਓਗੇ, ਜੇ ਤੁਸੀਂ ਰਾਈਟਰ ਬਣਨਾ ਚਾਹੁੰਦੇ ਹੋ ਤਾਂ ਰਾਈਟਰ ਬਣ ਜਾਓਗੇ, ਪਰ ਤੁਹਾਡੇ ਮਨ ਵਿੱਚ ਇੱਕ ਦ੍ਰਿੜ ਇੱਛਾ ਹੋਣੀ ਚਾਹੀਦੀ ਹੈ ਆਪਣੇ ਕੰਮ ਨੂੰ ਪੂਰਾ ਕਰਨ ਦੀ, ਆਪਣੇ ਗੋਲ ਨੂੰ ਅਚੀਵ ਕਰਨ ਲਈ। ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ, ਮੈਨੂੰ ਉਮੀਦ ਆ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਜੇ ਦੋਸਤੋ ਵੀਡੀਓ ਵਧੀਆ ਲੱਗੀ ਆ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ, ਲਾਈਕ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਆ। ਜੇਕਰ ਤੁਹਾਡੀ ਕੋਈ ਫਰਮਾਇਸ਼ ਆ ਤੁਸੀਂ ਉਹ ਵੀ ਮੈਨੂੰ ਕਮੈਂਟ ਰਾਹੀਂ ਦੱਸ ਸਕਦੇ ਹੋ। ਇਸ ਤੋਂ ਬਿਨਾਂ ਦੋਸਤੋ ਆਪਣਾ ਫੇਸਬੁੱਕ 'ਤੇ ਬੌਲੀ ਹੌਲੀ ਬਾਬਾ ਦੇ ਨਾਮ ਦਾ ਪੇਜ ਬਣਿਆ, ਪਲੀਜ਼ ਉਹਨੂੰ ਜ਼ਰੂਰ ਲਾਈਕ ਕਰ ਲਿਓ, ਕਿਉਂਕਿ ਤੁਹਾਡਾ ਕੋਈ ਵੀ ਕੁਐਸਚਨ ਹੋਵੇ ਮੈਂ ਤੁਹਾਡਾ ਡਾਇਰੈਕਟਲੀ ਉੱਥੇ ਆਨਸਰ ਦੇਊਂਗਾ। ਅਤੇ ਦੋਸਤੋ ਅੰਤ ਵਿੱਚ ਤੁਹਾਨੂੰ ਮੈਂ ਫਰਮਾਇਸ਼ ਕਰੂੰਗਾ, ਜੇਕਰ ਤੁਸੀਂ ਆਪਣਾ ਚੈਨਲ ਬੌਲੀ ਹੌਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ। ਸੋ ਜੀ ਇੰਨੇ ਸ਼ਬਦ ਨਾਲ ਲੈਂਦੇ ਹਾਂ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ।